देखो जी अज वड्डियां गल्लां ते वड्डियां बातां ते विरोधियों नूं फिर एक बारी भाजना जरूर पैणगे ते वेखी जाओ बणदा पर की जिहड़ा सारे ज्यादातर चाहे वह कांग्रेसी होण जां दूजे उह कहिंदे ने कि गुरबाणी दे मसले ते बचना चाहीदा उह कहिंदे ने। अच्छा मैनूं एक गल दस्सिओ जरूर कि ये एक मात्र एक चैनल का ही जिहड़ा आपां कह सकदे हां जिहड़ी गुरबाणी जिहड़ी उह कर सकदा कहण दा भाव ਇਹ ਜਿਹੜਾ ਆਪਾਂ ਪਰਸਨਲੀ ਇੱਕ ਪਰਿਵਾਰ ਨੂੰ ਸਭ ਕੁਛ ਜੇ ਵੇਖੋ ਉਹ ਹੁਣ ਤੱਕ ਉਹਨਾਂ ਨੇ ਗੁਰੂ ਸਾਹਿਬਾਨਾਂ 'ਤੇ ਵੀ ਇੱਕ ਪਰਿਵਾਰ ਨੇ ਕਬਜ਼ਾ ਰੱਖਿਆ ਅਤੇ ਜੇ ਅੱਜ ਉਹ ਲੋਕਾਂ ਦੇ ਹਿੱਤ 'ਚ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਵੀ ਸਾਨੂੰ ਜਿਸ ਤਰ੍ਹਾਂ ਵੀ ਮਾਨ ਸਾਹਿਬ ਨੇ ਜਿਹੜਾ ਜੋ ਫੈਸਲਾ ਲਿਆ ਬਹੁਤ ਵਧੀਆ ਉਹਦੇ ਹੱਕ 'ਚ ਖੜ ਰਹੇ ਨੇ ਪਰ ਫਿਰ ਇਹਨਾਂ ਨੂੰ ਕੀ ਪ੍ਰੋਬਲਮ ਆ ਸੋ ਹਰ ਚੈਨਲ ਜਿਹੜਾ ਵਿਖਾਵੇ ਇਹ ਤਾਂ ਸਿਰਫ ਇੱਕ ਉਹੀ ਗੱਲ ਹੈ ਵੀ ਇੱਕ ਕਬਜ਼ਾ ਉਹ ਪੁਰਾਣੇ ਕਬਜ਼ੇ ਜਿਸ ਤਰ੍ਹਾਂ ਟਰਾਂਸਪੋਰਟ 'ਤੇ ਕਬਜ਼ਾ ਕਰ ਲਓ ਕੇਵਲ ਮਾਫੀਆ 'ਤੇ ਕਬਜ਼ਾ ਕਰ ਲਓ ਉਹ ਗੱਲਾਂ ਹੁਣ ਭਗਵੰਤ ਮਾਨ ਜੀ ਦੀ ਸਰਕਾਰ ਚੋਂ ਚੀਜ਼ਾਂ ਖਤਮ ਕਹਿੰਦੇ ਨੇ ਕਿ ਅੰਦਰ ਜੋ ਕੋਈ ਚਰਚਾ ਹੋਣੀ ਆ ਜਿਸ ਤਰ੍ਹਾਂ ਦਾ ਬਿਜ਼ਨਸ ਹੋਣਾ ਸਾਨੂੰ ਕਹਿੰਦੇ ਕੋਈ ਜਾਣਕਾਰੀ ਦਿੱਤੀ ਸਾਰੀ ਜਾਣਕਾਰੀ ਜੀ ਪ੍ਰੋਪਰਲੀ ਦੇਵਾਂਗੇ ਜੇ ਹੁਣ ਐਵੇਂ ਆਖੀ ਜਾਈਏ ਵੀ ਜਾਣਕਾਰੀ ਨਹੀਂ ਦਿੱਤੀ ਉਹ ਗੱਲਾਂ ਨੇ ਜਿੰਨੀਆਂ ਮਰਜ਼ੀ ਬਣਾਈ ਜਾਣ ਦੇਖੋ ਜੀ ਅੱਜ ਵੱਡੀਆਂ ਗੱਲਾਂ ਤੇ ਵੱਡੀਆਂ ਬਾਤਾਂ ਤੇ ਵਿਰੋਧੀਆਂ ਨੂੰ ਫਿਰ ਇੱਕ ਵਾਰੀ ਭਾਜਣਾ ਜ਼ਰੂਰ ਪੈਣਗੇ ਤੁਸੀਂ ਵੇਖੀ ਜਾਓ ਬਣਦਾ ਪਰ ਕੀ ਜਿਹੜਾ ਸਾਰੇ ਜ਼ਿਆਦਾਤਰ ਚਾਹੇ ਉਹ ਕਾਂਗਰਸੀ ਹੋਣ ਜਾਂ ਦੂਜੇ ਉਹ ਕਹਿੰਦੇ ਨੇ ਕਿ ਗੁਰਬਾਣੀ ਦੇ ਮਸਲੇ ਤੇ ਬਚਣਾ ਚਾਹੀਦਾ ਉਹ ਕਹਿੰਦੇ ਨੇ। ਅੱਛਾ ਮੈਨੂੰ ਇੱਕ ਗੱਲ ਦੱਸਿਓ ਜ਼ਰੂਰ ਕਿ ਇਹ ਇੱਕ ਮਾਤਰ ਇੱਕ ਚੈਨਲ ਦਾ ਹੀ ਜਿਹੜਾ ਆਪਾਂ ਕਹਿ ਸਕਦੇ ਹਾਂ ਜਿਹੜੀ ਗੁਰਬਾਣੀ ਜਿਹੜੀ ਉਹ ਕਰ ਸਕਦਾ ਕਹਿਣ ਦਾ ਭਾਵ ਇਹ ਜਿਹੜਾ ਆਪਾਂ ਪਰਸਨਲੀ ਇੱਕ ਪਰਿਵਾਰ ਨੂੰ ਸਭ ਕੁਛ ਜੇ ਵੇਖੋ ਉਹ ਹੁਣ ਤੱਕ ਉਹਨਾਂ ਨੇ ਗੁਰੂ ਸਾਹਿਬਾਨਾਂ 'ਤੇ ਵੀ ਇੱਕ ਪਰਿਵਾਰ ਨੇ ਕਬਜ਼ਾ ਰੱਖਿਆ ਅਤੇ ਜੇ ਅੱਜ ਉਹ ਲੋਕਾਂ ਦੇ ਹਿੱਤ 'ਚ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਵੀ ਸਾਨੂੰ ਜਿਸ ਤਰ੍ਹਾਂ ਵੀ ਮਾਨ ਸਾਹਿਬ ਨੇ ਜਿਹੜਾ ਜੋ ਫੈਸਲਾ ਲਿਆ ਬਹੁਤ ਵਧੀਆ ਉਹਦੇ ਹੱਕ 'ਚ ਖੜ ਰਹੇ ਨੇ ਪਰ ਫਿਰ ਇਹਨਾਂ ਨੂੰ ਕੀ ਪ੍ਰੋਬਲਮ ਆ ਸੋ ਹਰ ਚੈਨਲ ਜਿਹੜਾ ਵਿਖਾਵੇ ਇਹ ਤਾਂ ਸਿਰਫ ਇੱਕ ਉਹੀ ਗੱਲ ਹੈ ਵੀ ਇੱਕ ਕਬਜ਼ਾ ਉਹ ਪੁਰਾਣੇ ਕਬਜ਼ੇ ਜਿਸ ਤਰ੍ਹਾਂ ਟਰਾਂਸਪੋਰਟ 'ਤੇ ਕਬਜ਼ਾ ਕਰ ਲਓ ਕੇਵਲ ਮਾਫੀਆ 'ਤੇ ਕਬਜ਼ਾ ਕਰ ਲਓ ਉਹ ਗੱਲਾਂ ਹੁਣ ਭਗਵੰਤ ਮਾਨ ਜੀ ਦੀ ਸਰਕਾਰ 'ਚੋਂ ਚੀਜ਼ਾਂ ਖਤਮ ਕਹਿੰਦੇ ਨੇ ਕਿ ਅੰਦਰ ਜੋ ਕੋਈ ਚਰਚਾ ਹੋਣੀ ਆ ਜਿਸ ਤਰ੍ਹਾਂ ਦਾ ਬਿਜ਼ਨਸ ਹੋਣਾ ਸਾਨੂੰ ਕਹਿੰਦੇ ਕੋਈ ਜਾਣਕਾਰੀ ਦਿੱਤੀ ਸਾਰੀ ਜਾਣਕਾਰੀ ਜੀ ਪ੍ਰੋਪਰਲੀ ਦੇਵਾਂਗੇ ਜੇ ਹੁਣ ਐਵੇਂ ਆਖੀ ਜਾਈਏ ਵੀ ਜਾਣਕਾਰੀ ਨਹੀਂ ਦਿੱਤੀ ਉਹ ਗੱਲਾਂ ਨੇ ਜਿੰਨੀਆਂ ਮਰਜ਼ੀ ਬਣਾਈ ਜਾਣ ਦੇਖੋ ਜੀ ਅੱਜ ਵੱਡੀਆਂ ਗੱਲਾਂ ਤੇ ਵੱਡੀਆਂ ਬਾਤਾਂ ਤੇ ਵਿਰੋਧੀਆਂ ਨੂੰ ਫਿਰ ਇੱਕ ਵਾਰੀ ਭਾਜਣਾ ਜ਼ਰੂਰ ਪੈਣਗੇ ਤੁਸੀਂ ਵੇਖੀ ਜਾਓ ਬਣਦਾ ਪਰ ਕੀ ਜਿਹੜਾ ਸਾਰੇ ਜ਼ਿਆਦਾਤਰ ਚਾਹੇ ਉਹ ਕਾਂਗਰਸੀ ਹੋਣ ਜਾਂ ਦੂਜੇ ਉਹ ਕਹਿੰਦੇ ਨੇ ਕਿ ਗੁਰਬਾਣੀ ਦੇ ਮਸਲੇ ਤੇ ਬਚਣਾ ਚਾਹੀਦਾ ਉਹ ਕਹਿੰਦੇ ਨੇ। ਅੱਛਾ ਮੈਨੂੰ ਇੱਕ ਗੱਲ ਦੱਸਿਓ ਜ਼ਰੂਰ ਕਿ ਇਹ ਇੱਕ ਮਾਤਰ ਇੱਕ ਚੈਨਲ ਦਾ ਹੀ ਜਿਹੜਾ ਆਪਾਂ ਕਹਿ ਸਕਦੇ ਹਾਂ ਜਿਹੜੀ ਗੁਰਬਾਣੀ ਜਿਹੜੀ ਉਹ ਕਰ ਸਕਦਾ ਕਹਿਣ ਦਾ ਭਾਵ ਇਹ ਜਿਹੜਾ ਆਪਾਂ ਪਰਸਨਲੀ ਇੱਕ ਪਰਿਵਾਰ ਨੂੰ ਸਭ ਕੁਛ ਜੇ ਵੇਖੋ ਉਹ ਹੁਣ ਤੱਕ ਉਹਨਾਂ ਨੇ ਗੁਰੂ ਸਾਹਿਬਾਨਾਂ 'ਤੇ ਵੀ ਇੱਕ ਪਰਿਵਾਰ ਨੇ ਕਬਜ਼ਾ ਰੱਖਿਆ ਅਤੇ ਜੇ ਅੱਜ ਉਹ ਲੋਕਾਂ ਦੇ ਹਿੱਤ 'ਚ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਵੀ ਸਾਨੂੰ ਜਿਸ ਤਰ੍ਹਾਂ ਵੀ ਮਾਨ ਸਾਹਿਬ ਨੇ ਜਿਹੜਾ ਜੋ ਫੈਸਲਾ ਲਿਆ ਬਹੁਤ ਵਧੀਆ ਉਹਦੇ ਹੱਕ 'ਚ ਖੜ ਰਹੇ ਨੇ ਪਰ ਫਿਰ ਇਹਨਾਂ ਨੂੰ ਕੀ ਪ੍ਰੋਬਲਮ ਆ ਸੋ ਹਰ ਚੈਨਲ ਜਿਹੜਾ ਵਿਖਾਵੇ ਇਹ ਤਾਂ ਸਿਰਫ ਇੱਕ ਉਹੀ ਗੱਲ ਹੈ ਵੀ ਇੱਕ ਕਬਜ਼ਾ ਉਹ ਪੁਰਾਣੇ ਕਬਜ਼ੇ ਜਿਸ ਤਰ੍ਹਾਂ ਟਰਾਂਸਪੋਰਟ 'ਤੇ ਕਬਜ਼ਾ ਕਰ ਲਓ ਕੇਵਲ ਮਾਫੀਆ 'ਤੇ ਕਬਜ਼ਾ ਕਰ ਲਓ ਉਹ ਗੱਲਾਂ ਹੁਣ ਭਗਵੰਤ ਮਾਨ ਜੀ ਦੀ ਸਰਕਾਰ 'ਚੋਂ ਚੀਜ਼ਾਂ ਖਤਮ ਕਹਿੰਦੇ ਨੇ ਕਿ ਅੰਦਰ ਜੋ ਕੋਈ ਚਰਚਾ ਹੋਣੀ ਆ ਜਿਸ ਤਰ੍ਹਾਂ ਦਾ ਬਿਜ਼ਨਸ ਹੋਣਾ ਸਾਨੂੰ ਕਹਿੰਦੇ ਕੋਈ ਜਾਣਕਾਰੀ ਦਿੱਤੀ ਸਾਰੀ ਜਾਣਕਾਰੀ ਜੀ ਪ੍ਰੋਪਰਲੀ ਦੇਵਾਂਗੇ ਜੇ ਹੁਣ ਐਵੇਂ ਆਖੀ ਜਾਈਏ ਵੀ ਜਾਣਕਾਰੀ ਨਹੀਂ ਦਿੱਤੀ ਉਹ ਗੱਲਾਂ ਨੇ ਜਿੰਨੀਆਂ ਮਰਜ਼ੀ